اے اللہ ہم تیری ہی عبادت کرتے ہیں اور تجھ سے مدد مانگتے ہیں۔ آواز کی دنیا کے دوستوں السلام علیکم، میرا اینیمل ٹی وی تے خوش آمدید۔ میں تہاڈا میزبان محمد افضل تے تسی ویکھدے پئے ہو میرا اینیمل ٹی وی۔ میرا اینیمل ٹی وی لائک کرو، سبسکرائب کرو، شکریہ تے نال ہی لگے بیل آئیکن دے بٹن دباؤ تاکہ میری ہر نویں آن والی لیٹسٹ ویڈیو دوستاں میرے تک سب تو پہلے پہنچے۔ جناب میری دعا ہے میرے دوست ویر، میرے سبسکرائبر اور میرا اینیمل ٹی وی دے نال پیار کرن والے جتھے بھی وس رہے نے ਖੁਸ਼ ਵਸ ਰਹੇ ਨੇ, ਅੱਲਾਹ ਤਾਲਾ ਦੀ ਟੇਰ ਰਮਤਾਂ ਨਾਜ਼ਲ ਹੋ ਰਹੀਆਂ ਨੇ। ਜਨਾਬ ਅੱਜ ਦੋਸਤਾਂ ਵੀਰਾਂ ਦੀ ਖਿਦਮਤ ਦੇ ਵਿੱਚ ਜਿਹੜਾ ਤੋਹਫ਼ਾ ਲੈ ਕੇ ਹਾਜ਼ਰ ਹੋਇਆ, ਅੱਲਾਹ ਦੇ ਫਜ਼ਲ ਦੇ ਨਾਲ ਦੋਸਤਾਂ ਵੀਰਾਂ ਦੀਆਂ ਢੇਰ ਡਿਮਾਂਡਾਂ ਵੀ ਨੇ ਅਤੇ ਡਿਮਾਂਡਾਂ ਦੇ ਮੁਤਾਬਕ ਅੱਜ ਦਾ ਜਾਨਵਰ ਏ ਪਿਓਰ ਚੋਲਸਤਾਨੀ ਰੋਈ ਕਰਾਸ। ਪਿਓਰ ਚੋਲਸਤਾਨੀ ਰੋਈ ਕਰਾਸ ਜਨਾਬ ਅੱਜ ਦੀ ਗਾਏ ਮਾਸ਼ਾਅੱਲਾ ਦੂਸਰਾ ਵਾਰਾ ਸੂਈਏ ਅਤੇ ਇਸ ਤਰ੍ਹਾਂ ਜਨਾਬ ਜਿਸ ਤਰ੍ਹਾਂ ਦੋਸਤਾਂ ਵੀਰਾਂ ਨੇ ਮੱਝ ਲੈ ਲੈਣੀ ਏ ਲੈਣੀ ਦੋਸਤਾਂ ਵੀਰਾਂ ਨੇ ਗਾਂ ਹੀ ਹੈ ਪਰ ਮੱਝ ਲੈਣਗੇ ਇਸ ਤਰ੍ਹਾਂ ਦੀ ਗਾਏ ਮੱਝ ਵਾਲੀਆਂ ਹੀ ਗਾਏ ਦੇ ਕੋਲੇ ਜਿਗਰੇ ਮੱਝ ਵਾਲੀਆਂ ਸੀਲਤਾਂ ਸ਼ਰਾਫਤਾਂ ਔਰ ਜਰਾਬ ਪਿਓਰ ਚੋਲਸਤਾਨੀ ਰੋਈ ਅੱਲਾਹ ਦੇ ਫਜ਼ਲ ਦੇ ਨਾਲ ਗਾਏ ਬੜੀ ਕਮਾਲ ਦੀ ਏ ਦੂਸਰਾ ਵਾਰਾ ਸ਼ਰਤੀਆ ਜਨਾਬ ਔਰ ਤਾਜ਼ਾ ਸੂਈਏ ਪਿੱਛੇ ਵੱਛਾ ਸੂਈ ਨੂੰ ਅੱਜ ਹੋ ਗਿਆ ਜਨਾਬ 5 ਤੋਂ 6 ਦਿਨ ਤੀਜਾ ਦਿਨ ਬੱਚਾ ਥੋੜਾ ਜਿਹਾ ਵੱਡਾ ਲੱਗਦਾ ਪਿਆ ਨਾ ਬੱਚਾ ਹੈ ਜਵਾਨ ਵੈਸੇ ਚਲੋ ਮਾਸ਼ਾਅੱਲਾ ਜੀ 5 ਦਿਨ ਲਾ ਲੈਣੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਚਾ ਭਾਈ ਫਸਲ ਵੈਸੇ ਡਬਲ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ 2 ਦਿਨਾਂ ਦਾ ਜਾਂ 1 ਦਿਨ ਵੱਧ ਦਾ ਜਾਂ ਘਟਦਾ ਕੋਈ ਮਸਲਾ ਨਹੀਂ ਹੁੰਦਾ। ਲੋ ਜੀ ਦੋਸਤੋ ਅਗਰ ਮੈਂ 4 ਤੋਂ 5 ਦਿਨ ਕਿਹਾ ਤੇ 4-5 ਦਿਨ ਹੀ ਹੋ ਗਿਆ ਜਨਾਬ ਸੂਈ ਨੂੰ ਦੋਸਤਾਂ ਵੀਰਾਂ ਨੂੰ ਗਾਏ ਦੀ ਕਰਾਵਾਂਗੇ ਤਸੱਲੀ। ਉਸ ਤੋਂ ਪਹਿਲੇ ਦੱਸੀਏ ਮੇਰੇ ਐਨੀਮਲ ਟੀਵੀ ਦਾ ਇੱਕ ਨਾਰਾ ਮਿਸ਼ਨ ਹੈ ਘਰ ਦਾ ਦੁੱਧ ਘਰ ਦੀ ਚਾਹ ਲਾ ਫੈਂਟਾ ਤੇ ਪੀ ਚਾਹ ਇਸ ਮਿਸ਼ਨ ਤੇ ਮੇਰਾ ਐਨੀਮਲ ਟੀਵੀ ਦਾ ਕਾਫਲਾ ਰਵਾਂ ਦਵਾ। ਹੁਣ ਜਨਾਬ ਗਾਏ ਦਹਾਵਾਂਗੇ ਤੇ ਨਾਲ ਨਾਲ ਗੱਲਾਂ ਸ਼ੇਅਰ ਕਰਾਂਗੇ। ਦਹਾਓ ਜੀ ਗਾਏ ਲਓ ਜੀ ਦੋਸਤੋ ਗਾਏ ਆ ਗਈ ਮਾਸ਼ਾਅੱਲਾ ਦੋਸਤਾਂ ਵੀਰਾਂ ਦੇ ਸਾਹਮਣੇ ਅੱਗੇ ਕਰੋ ਜੀ ਅੱਗੇ ਕਰੋ ਮਾਸ਼ਾਅੱਲਾ ਬਸ ਇੱਥੇ ਰੋਕ ਲਓ। ਚੋਲਸਤਾਨੀ ਪਿਓਰ ਚੋਲਸਤਾਨੀ ਰੋਈ ਸਭ ਤੋਂ ਪਹਿਲੇ ਜਨਾਬ ਗਾਏ ਦਾ ਜਿਸਮ ਚੈੱਕ ਕਰ ਲੈਣ ਦੋਸਤ ਵੀਰ ਜਿਸਮ ਮਾਸ਼ਾਅੱਲਾ ਜਿਹੜਾ ਗਾਏ ਦੇ ਕੋਲੇ ਖੂਨ ਪੀਤੇ ਉਹ ਜਨਾਬ ਕਮ ਅਜ਼ ਕਮ 7 ਤੋਂ 8 ਮਣ ਗਾਏ ਦੇ ਕੋਲੇ ਜਨਾਬ ਵਜ਼ਨ ਹੈ ਦੋਸਤਾਂ ਦੇ ਸਾਹਮਣੇ ਕੈਮਰੇ ਦੀ ਅੱਖ ਦੇ ਵਿੱਚ ਦੋਸਤਾਂ ਨੂੰ ਨਜ਼ਰ ਵੀ ਆਉਂਦਾ ਪਿਆ 7 ਤੋਂ 8 ਮਣ ਗਾਏ ਦਾ ਵਜ਼ਨ ਹੈ ਜਨਾਬ ਔਰ ਜਿਹੜਾ ਰੰਗ ਹੈ ਉਹ ਜਨਾਬ ਦੋਸਤਾਂ ਦੇ ਸਾਹਮਣੇ ਇਹਨੂੰ ਕੀ ਕਹਾਂਗੇ ਰੰਗ ਨੂੰ ਜਨਾਬ ਤੇਲਾ ਜਿਹਾ ਸਾਵਾ ਤੇਲਾ ਜਿਹਾ ਬੂਰੇ ਰੰਗ ਦੇ ਵਿੱਚ ਹਾਂਜੀ ਬੂਰੇ ਰੰਗ ਦੇ ਵਿੱਚ ਹੈ ਜਨਾਬ ਅਤੇ ਇਹ ਜਿਹੜੇ ਡੱਬ ਨੇ ਇਹ ਮਹਿੰਦੀ ਲਾਈ ਹੋਈ ਹੈ ਬੜੇ ਚਾਵਾਂ ਨਾਲ ਸ਼ੌਂਕਾਂ ਵਾਲੀ ਗਾਂ ਹੈ ਅਤੇ ਜਿਹੜੇ ਦੋਸਤ ਵੀਰ ਕੋਲੋਂ ਲਈਏ ਭਾਈ ਇਮਤਿਆਜ਼ ਦੀ ਵੀਡੀਓ ਪਾਉਣ ਆਏ ਹਾਂ ਭਾਈ ਇਮਤਿਆਜ਼ ਨੇ ਕਿਹਾ ਘਰੇਲੂ ਜਾਨਵਰ ਹੈ ਅਤੇ ਬੜੇ ਸ਼ੌਂਕਾਂ ਨਾਲ ਉਹਨਾਂ ਰੱਖੀ ਹੋਈ ਸੀ ਜਨਾਬ ਅਤੇ ਸ਼ੌਂਕਾਂ ਵਾਲਾ ਸ਼ੌਕੀਨ ਜਾਨਵਰ ਹੈ ਜਨਾਬ ਅੱਜ ਦਾ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਬੜੇ ਚਾਵਾਂ ਨਾਲ ਪਾਲੀ ਹੋਈ ਘਰ ਦੀ ਘਰੇਲੂ ਗਾਂ ਹੈ ਜਾਂ ਦੋਸਤਾਂ ਵੀਰਾਂ ਦੇ ਸਾਹਮਣੇ ਬਾਕੀ ਦੂਸਰਾ ਵਾਰ ਹੈ ਜਨਾਬ ਸ਼ਰਤੀਆ ਤਸੱਲੀ ਨਾਲ ਗਾਏ ਦੇ ਕੋਲੇ ਆਰਡਰ ਕੁਆਲਿਟੀ ਢੇਰ ਚੰਗਾ ਮੱਝ ਵਾਲਾ ਹੀ ਲਿਬਾਸ ਵਾਨਾ ਮੱਝ ਵਾਲਾ ਹੀ ਥਾਣ ਮਾਸ਼ਾਅੱਲਾ ਗਾਏ ਦੀ ਦੂਸਰੀ ਸਾਈਡ ਕਰੋ ਜੀ ਗਾਏ ਦੀ ਦੂਸਰੀ ਵੱਛਾ ਵੱਛਾ ਪਹਿਲੇ ਟੋਰ ਲਓ ਗਾਏ ਦੀ ਦੂਸਰੀ ਸਾਈਡ ਦਿਖਾਓ ਇੱਥੇ ਰੋਕ ਲਓ ਇੱਥੇ ਰੋਕ ਲਓ ਮਾਸ਼ਾਅੱਲਾ ਜਨਾਬ ਇਹ ਗਾਏ ਦੀ ਦੂਸਰੀ ਸਾਈਡ ਹੈ ਮਾਸ਼ਾਅੱਲਾ ਜੀ ਅੱਲਾਹ ਤਾਲਾ ਨਜ਼ਰੇ ਬੱਦ ਤੋਂ ਬਚਾਏ ਹਰ ਪਾਸੋਂ ਗਾਏ ਸੋਹਣੀ ਸਾਫ ਸੁਥਰੀ ਸੁੱਚੀ ਅਤੇ ਖਰੀ ਮਾਸ਼ਾਅੱਲਾ ਦੋਸਤਾਂ ਵੀਰਾਂ ਦੇ ਜਨਾਬ ਸਾਹਮਣੇ ਔਰ ਜਨਾਬ
ਗਾਏ ਨੂੰ ਜਿਹੜਾ ਗਾਏ ਨੂੰ ਜਨਾਬ ਜਿਹੜਾ ਸਿੰਘ ਲੱਗਿਆ ਹੈ ਉਹ ਸਿਰਫ ਔਰ ਸਿਰਫ ਤਿੰਨ ਤਿੰਨ ਉਂਗਲ ਦਾ ਜਾਂ ਦੋ ਦੋ ਉਂਗਲ ਦਾ, ਜਿੰਨਾ ਵੀ ਇਹ ਦੋਸਤਾਂ ਦੇ ਸਾਹਮਣੇ ਇਹ ਮੱਥੇ ਤੇ ਵੀ ਕੀ ਲਾਇਆ ਹੈ, ਇਹ ਵੀ ਮਹਿੰਦੀ ਲੱਗੀ ਕਾਲੀ, ਮਾਸ਼ਾਅੱਲਾ, ਸਾਈਡਾਂ ਤੇ ਪੇੜ ਤੇ ਵੀ ਮਹਿੰਦੀ ਲੱਗੀ ਹੋਈ ਹੈ, ਪੁੱਠੇ ਤੇ ਵੀ ਮਹਿੰਦੀ ਲੱਗੀ ਹੋਈ ਹੈ, ਦੋਨਾਂ ਸਾਈਡਾਂ ਤੋਂ ਸੋਹਣੇ ਡੱਬ ਬਣਾਏ ਹੋਏ ਨੇ, ਕਿਉਂਕਿ ਘਰੇਲੂ ਜਾਨਵਰ ਬੜੇ ਚਾਵਾਂ ਤੇ ਨਾਜ਼ਾਂ ਨਾਲ ਪਾਲਿਆ ਆ, ਘਰੇਲੂ ਜਾਨਵਰ ਹੈ ਜਨਾਬ। ਦੋਸਤ ਵੀਰ ਜਿਹਦੇ ਘਰ ਆਏ ਖੜੇ ਵੀਡੀਓ ਲਾਉਣ ਵਾਸਤੇ, ਉਹਨੇ ਖਰੀਦ ਕੇ ਲਿਆਂਦਾ ਅਤੇ ਉਹਨੇ ਕਿਹਾ ਜਨਾਬ ਇਸ ਗਾਏ ਦੀ ਤਸੱਲੀ ਹੋਵੇਗੀ ਹਰ ਲਿਹਾਜ਼ ਨਾਲ, ਜਿੰਨੀ ਵੀ ਕੋਈ ਅਫਜ਼ਲ ਵੀਰ ਇਸ ਗਾਏ ਦੀ ਤੇਰੇ ਕੋਲੋਂ ਤਸੱਲੀ ਮੰਗੇ ਉਹਨੂੰ ਤਸੱਲੀ ਦੇਣੀ ਹੈ। ਚੋਲਸਤਾਨੀ ਪਿਓਰ ਜਨਾਬ ਚੋਲਸਤਾਨੀ ਰੋਈ ਦੀ ਗਾਏ ਮਾਸ਼ਾਅੱਲਾ, ਔਰ ਗਾਏ ਦੇ ਕੋਲੇ ਆਡਰ ਕੁਆਲਿਟੀ ਢੇਰ ਚੰਗਾ, ਛੱਡ ਕੇ ਟੋਰੋ ਜੀ, ਟੋਰੋ ਮਾਸ਼ਾਅੱਲਾ, ਪਿੱਛੇ ਵੱਛਾ, ਲੈ ਚਲੋ ਲੰਬੀ ਲੈ ਚਲੋ, ਵੱਛੇ ਨੂੰ ਚੱਕ ਲਓ ਚੱਕਣਾ ਤਾਂ, ਮਾਸ਼ਾਅੱਲਾ। ਇਹ ਜਨਾਬ ਗਾਏ ਦੀਆਂ ਟੋਰਾਂ ਦੋਸਤਾਂ ਦੇ ਸਾਹਮਣੇ ਨੇ, ਮਾਸ਼ਾਅੱਲਾ, ਵਾਪਸ ਲਿਆਓ ਜੀ, ਔਰ ਜਿਹੜਾ ਆਡਰ ਕੁਆਲਿਟੀ ਹੈ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਲੈ ਚਲੋ ਜੀ ਲੰਬੀ ਲੈ ਚਲੋ, ਲੈ ਚਲੋ ਲੈ ਚਲੋ, ਮਾਸ਼ਾਅੱਲਾ, ਇੱਕ ਚੱਕਰ ਹੋਰ ਲਵਾ, ਆਡਰ ਕੁਆਲਿਟੀ ਦਿਖਾਈਏ, ਮਾਸ਼ਾਅੱਲਾ, ਵੱਛਾ ਪਿੱਛੇ ਬੜਾ ਤਗੜਾ, ਮਾਂ ਤਗੜੀ ਦਾ ਪੁੱਤਰ ਹੈ, ਮਾਸ਼ਾਅੱਲਾ। ਇਹ ਜਨਾਬ ਆਡਰ ਕੁਆਲਿਟੀ ਹੈ, ਅੱਲਾਹ ਤਾਲਾ ਨਜ਼ਰੇ ਬਾਦ ਤੋਂ ਬਚਾਏ, ਏਡਾ ਨਵਾਬ ਆਡਰ ਕੁਆਲਿਟੀ ਔਰ ਏਡਾ ਤਗੜਾ ਆਡਰ ਕੁਆਲਿਟੀ ਨਾ ਕਦੇ ਵੇਖਿਆ ਅਤੇ ਨਾ ਸਾਹਮਣੇ ਆਇਆ ਕਦੇ ਅੱਲਾਹ ਦੇ ਫਜ਼ਲ ਦੇ ਨਾਲ, ਕਿਉਂਕਿ ਗਾਏ ਪਿਓਰ ਚੋਲਸਤਾਨੀ ਰੋਈ ਦੀ ਅਤੇ ਮੱਝ ਵਾਲਾ ਵਾਨਾ, ਮੱਝ ਵਾਲਾ ਥਣ, ਮੱਝ ਵਾਲਾ ਦੁੱਧ ਹੋਵੇਗਾ ਅੱਲਾਹ ਦੇ ਫਜ਼ਲ ਦੇ ਨਾਲ, ਲੈ ਆਓ ਜੀ ਵਾਪਸ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਜਿੱਡਾ ਗਾਏ ਦੇ ਕੋਲੇ ਜਿਸਮ ਹੈ ਓਡਾ ਹੀ ਲਿਬਾਸ ਵਾਨਾ, ਮਾਸ਼ਾਅੱਲਾ। ਖੈਰ ਹੋ ਗਈ ਭਾਈ ਜੀ, ਖੈਰ ਹੋ ਗਈ, ਮਾਸ਼ਾਅੱਲਾ। ਔਰ ਜਨਾਬ ਜਿਹੜਾ ਥਣ ਹੈ, ਮਾਸ਼ਾਅੱਲਾ, ਪੂਰਾ ਚੋਲਸਤਾਨ ਪਾਵਰ ਵਾਲਾ, ਮਾਸ਼ਾਅੱਲਾ। ਪਿੱਛੇ ਜਨਾਬ ਵੱਛਾ, ਵੱਛਾ ਦਿਖਾਓ ਜੀ, ਇਹ ਜਨਾਬ ਵੱਛਾ, ਪਿੱਛੇ ਨਾੜੂਆ ਨਾਲ ਖੜਾ ਜਨਾਬ, ਇਹ ਦੋਸਤ ਵੀਰ ਵੇਖ ਸਕਦੇ ਨੇ, ਨਾੜੂਆ ਨਾਲ ਖੜਾ ਵੱਛਾ, ਮਾਂ ਚੰਗੀ ਦਾ ਪੁੱਤਰ ਹੈ ਅਤੇ ਇਸ ਲਈ ਜਨਾਬ ਮਾਂ ਦੇ ਕੋਲ ਖੂਨ ਪਿੱਤ ਬੜਾ ਢੇਰ ਚੰਗਾ, 7-8 ਮਣ ਦੀ ਜਨਾਬ ਇਹਦੀ ਮਾਂ ਦਾ ਵਜ਼ਨ ਹੈ, ਅਤੇ ਵੱਛਾ ਕਿਵੇਂ ਨਾ ਤਗੜਾ ਦੇਵੇ ਆ, ਵੱਛਾ ਵੀ ਪਿੱਛੇ ਮਾਸ਼ਾਅੱਲਾ ਉਸੇ ਤਰ੍ਹਾਂ ਤਗੜਾ, ਔਰ ਗਾਏ ਦੋਸਤਾਂ ਵੀਰਾਂ ਦੇ ਜਨਾਬ ਸਾਹਮਣੇ, ਤਸੱਲੀਆਂ, ਗਰੰਟੀਆਂ, ਵਾਰੰਟੀਆਂ ਹਰ ਲਿਹਾਜ਼ ਨਾਲ ਹੋਣਗੀਆਂ। ਬੱਚਾ ਛੱਡੋ ਜੀ, ਬੱਚਾ ਲਾਓ, ਮਾਸ਼ਾਅੱਲਾ। ਅੱਜ ਦੋਸਤਾਂ ਨੇ ਲੈਣੀ ਗਾਏ, ਨਜ਼ਾਰੇ ਮੱਝ ਦੇ ਆਉਣਗੇ ਅੱਲਾਹ ਦੇ ਫਜ਼ਲ ਦੇ ਨਾਲ ਜਨਾਬ। ਗਾਏ ਦੇ ਕੋਲੇ ਜਨਾਬ ਕੱਦ ਪੂਰਾ, ਜਿਸਮ ਪੂਰਾ, ਲੰਬਾਈਆਂ ਪੂਰੀਆਂ, ਮਾਸ਼ਾਅੱਲਾ। ਕੀ ਕਹਿੰਦਾ, ਔਰਤਾਂ ਚੋਈ ਜਾਣ, ਬੰਦੇ ਚੋਈ ਜਾਣ, ਸਾਲ ਦਾ ਬੱਚਾ ਥੱਲੇ ਪੈ ਜਾਂਦੀ। ਅੱਛਾ, ਮਾਸ਼ਾਅੱਲਾ, ਪਸਮਾ ਕਰ ਲਈ, ਨਾਲ ਹੀ ਉਹਨੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ, ਨਾ ਨਾ ਮਾਸ਼ਾਅੱਲਾ। ਅੱਛਾ, ਤੇ ਜਿਹੜੇ ਘਰ ਚੋਂ ਲਈ ਹੈ, ਬੜੇ ਤੂੰ ਕਹਿੰਦਾ ਵੀ ਉਹਨਾਂ ਚਾਵਾਂ ਨਾਲ ਸਾਂਭੀ ਹੋਈ, ਘਰੋਂ ਲਈ ਹੈ, ਬੜੇ ਚਾਵਾਂ ਨਾਲ ਸਾਂਭੀ, ਉਹਨਾਂ ਨੇ ਗਾਂ ਕਿਤੇ ਮਜਬੂਰੀ ਤੇ ਵੇਚੀ। ਮਾਸ਼ਾਅੱਲਾ, ਤੇ ਰੰਗ ਰੁੰਗ ਬੜੇ ਉਹਨਾਂ ਸੋਹਣੇ ਲਾਏ ਹੋਏ ਨੇ, ਤੇ ਉਂਝ ਨਰਮ ਹੈ ਬਿਲਕੁਲ ਪੋਲੀ। ਅੱਛਾ,
ਬਸ ਥੱਲੇ ਤਾਰ ਨਾ ਮਾਰੀ, ਤਾਰਾਂ ਚੈੱਕ ਕਰ ਲੈਣਾ ਮੈਂ, ਬੇਫਿਕਰ ਹੋ ਜਾ। ਬੱਚੇ ਨੂੰ ਫਿਰ ਪਿਆ ਦੇ, ਬਰਤਨ ਲਿਆਓ ਜੀ, ਬਰਤਨ ਲਿਆਓ। ਬਰਤਨ ਦਿਖਾ ਦੀ ਵੀ, ਹਾਂ ਠੀਕ। ਇੱਕ ਥਾਂ ਦੀ ਤਾਰ ਮਾਰ ਕੇ ਚੈੱਕ ਕਰ, ਬਹਿਣੀ ਵਾਲਾ ਅਗਲਾ ਜੀ, ਬਹਿਣੀ ਵਾਲਾ ਅਗਲਾ। ਮਾਸ਼ਾ ਅੱਲਾ, ਪਸਮਾ ਵੀ ਚੈੱਕ ਕਰ ਲਓ, ਸੋਹਣਾ ਪਸਮਾ, ਸੋਹਣਾ ਮਾਸ਼ਾ ਅੱਲਾ। ਇਹ ਪਿਛਲਾ ਜੀ ਬਹਿਣੀ, ਪੰਪ ਨਹੀਂ ਚੱਲਦਾ ਉਸ ਤਰ੍ਹਾਂ ਚੱਲਦਾ, ਬਹਿਣੀ ਵਾਲਾ ਹੁਣ, ਬਹਿਣੀ ਵਾਲਾ ਅਗਲਾ ਥਾਂ। ਵਾਹ ਜੀ ਵਾਹ, ਇਹ ਤੇ ਵਿਛੜੇ ਮਲਾ ਦੇ ਗਏ ਹੈ। ਲੈ ਮਾਸ਼ਾ ਅੱਲਾ, ਚੋ ਵੀ ਚੋ, ਤਸੱਲੀ ਨਾਲ ਚੋ, ਜਿਵੇਂ ਚੋ ਨਾ ਚੋ। ਜਿਵੇਂ ਮਰਜ਼ੀ ਚੋ ਭਰਾਉਣਾ ਮੈਨੂੰ, ਮੈਂ ਦਿਖਾਉਣਾ ਵੀ ਇਹ, ਮੈਂ ਦੂਸਰੀ ਸਾਈਡ ਤੇ ਜਾਵਾਂ। ਹਾਂ ਇੱਥੇ ਆ ਰਿਹਾ ਕੈਮਰੇ। ਮਾਸ਼ਾ ਅੱਲਾ ਜੀ, ਚੁਆ ਚੈੱਕ ਕਰ ਲਓ, ਕਿੰਨਾ ਮੋਟਾ ਚੁਆ ਹੈ ਦੋਸਤਾਂ ਵੀਰਾਂ ਦੇ ਸਾਹਮਣੇ। ਅੱਜ ਦੋਸਤਾਂ ਨੇ ਮੈਂ ਫਿਰ ਕਹਿੰਦਾ ਲੈਣੀ ਗਾਂ ਹੈ, ਨਜ਼ਾਰੇ ਮੱਝ ਦੇ ਆਉਣਗੇ। ਮਾਸ਼ਾ ਅੱਲਾ ਜੀ, ਮਾਸ਼ਾ ਅੱਲਾ, ਮਾਸ਼ਾ ਅੱਲਾ ਜੀ, ਮਾਸ਼ਾ ਅੱਲਾ। ਚੋਵੋ ਜੀ ਚੋਵੋ, ਬੜਾ ਮੋਟਾ ਚੁਆ, ਸੋਹਣਾ ਚੁਆ। ਅੱਛਾ ਮਾਸ਼ਾ ਅੱਲਾ, ਮੇਰਾ ਵੀ ਦਿਲ ਕਰਦਾ ਪਿਆ ਮੈਂ ਖੁਦ ਚੁਆਵਾਂ। ਅੱਛਾ ਮਾਸ਼ਾ ਅੱਲਾ, ਅਜੇ ਪਹਿਲੇ ਦੋ ਥਾਣੀ ਨੇ ਨਾ। ਹਾਂਜੀ ਮਾਸ਼ਾ ਅੱਲਾ, ਬਾਲਟਾ ਤਾਂ ਅੱਧਾ ਹੋ ਗਿਆ। ਚੋਈਆ ਚੋਈਆ ਚੋਈਆ, ਮਾਸ਼ਾ ਅੱਲਾ, ਦੋ ਥਣਾਂ ਦੀ ਚੋਈ ਹੋ ਗਈ, ਦੂਸਰੇ ਦੋ ਥਣਾਂ ਦੀ ਘਰ ਚੋਈ। ਚੱਲ ਭਾਈਏ ਨੂੰ ਬਹਿਣ ਦੇ, ਮਾਸ਼ਾ ਅੱਲਾ। ਚੁਆਈ ਤੇ ਗਾਂ ਹੁੰਦੀ ਹੈ ਤੇ ਚੁਆ, ਮਾਸ਼ਾ ਅੱਲਾ, ਗਾਏ ਦੇ ਕੋਲੇ ਨਵਾਬੀ ਏ, ਹਰ ਚੀਜ਼ ਹੀ ਗਾਏ ਦੇ ਕੋਲੇ ਨਵਾਬੀ ਏ। ਐ ਮਾਸ਼ਾ ਅੱਲਾ, ਥੋੜਾ ਇਧਰ ਹੋ ਗਿਆ ਮੈਂ, ਇੱਥੇ 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 ਕੈਮਰੇ ਦੇ ਵਿੱਚ ਆ ਰਹੀਆਂ ਨੇ ਤਾਰਾਂ, ਇੱਥੇ ਜਿਵੇਂ ਮਰਜ਼ੀ ਕਰ ਜਾ। ਇੱਥੇ ਖੈਰ ਹੋ ਗਈ ਜੀ, ਖੈਰ ਹੋ ਗਈ। ਬਾਲਟੀ ਲਿਆਓ ਜੀ, ਇੱਕ ਹੋਰ ਬਾਲਟੀ ਲਿਆਓ। ਮਾਸ਼ਾ ਅੱਲਾ ਜੀ, ਖੈਰ ਹੋ ਗਈਆਂ ਜੀ, ਇਹਦੇ 'ਚ ਪਲਟਾ ਦਿਓ। ਨਹੀਂ ਨਹੀਂ ਅਜੇ ਨਹੀਂ, ਮੈਂ ਪਿੱਛੇ ਹੁੰਦਾ ਅਤੇ ਦਿਖਾਉਣਾ ਬਾਲਟਾ ਇਹ ਵੀ, ਇਹ ਬਾਲਟਾ ਉਲਟਾ ਕਰੋ ਜੀ। ਹਾਂਜੀ ਰੱਖੋ ਉੱਥੇ, ਪਾਓ ਬਾਲਟੀ ਹੋ ਇਹਦੇ ਵਿੱਚ। ਮਾਸ਼ਾ ਅੱਲਾ ਜੀ, ਮਾਸ਼ਾ ਅੱਲਾ, ਉੱਥੇ ਪਿਆ ਰਹਿਣ ਦੇ, ਪਿਆ ਰਹਿਣ ਦੇ, ਪਿਆ ਰਹਿਣ ਦੇ। ਇੱਥੇ ਸਹੀ ਤਾਰਾਂ ਵੀ ਨਜ਼ਰ ਆਉਂਦੀਆਂ ਪਈਆਂ ਨੇ, ਮੈਂ ਇੱਥੇ ਬਹਿੰਦਾ। ਠੀਕ ਹੈ ਠੀਕ ਹੈ, ਚੋਵੋ ਤੁਸੀਂ। ਚੁਆ ਕੈਸਾ ਬਈ? ਮਾਸ਼ਾ ਅੱਲਾ, ਗੜਵੀ ਛੜਵੀ ਲਿਆਓ, ਪਈ ਹੈ ਗੜਵੀ? ਠੀਕ ਹੋ ਗਿਆ। ਔਰ ਅਸੀਲ ਸ਼ਰਾਫ, ਮਾਸ਼ਾ ਅੱਲਾ, ਅਸੀਲਤਾਂ ਦੀ ਭਰੀ ਹੋਈ, ਚਾਹੇ ਬੱਚਾ ਚੋ ਲਵੇ, ਬੱਚੇ ਚੋ ਲੈਣ।
ਹਾਂ ਬੱਚੇ ਪਾਸੇ ਚੜ੍ਹਨਾ, ਬੱਚੇ ਪਾਸੇ ਚੜ੍ਹਨਾ। ਮਾਸ਼ਾਅੱਲਾ ਉਲਟਾ ਦੇ ਇਸ, ਇਹ ਵੀ ਇਸ ਬਾਲਟੀ 'ਚ। ਚੱਲ ਮਾਸ਼ਾਅੱਲਾ ਲਿਆ, ਇੱਧਰ ਬਾਲਟੀ ਲਿਆ, ਦੋਨੋਂ ਬਾਲਟੀ ਚੱਕ ਕੇ ਲਿਆ, ਫੈਂਟਾ ਲਾ, ਖੋਲੋ ਖੋਲੋ ਫੈਂਟਾ ਲਾ ਲਾ। ਮਾਸ਼ਾਅੱਲਾ ਜੀ, ਦੁੱਧ ਵੀ ਵਾਈਟ ਏ ਔਰ ਮਾਝਾ ਦੁੱਧ ਏ, ਗਾੜਾ ਦੁੱਧ ਏ, ਇਨਸ਼ਾਅੱਲਾ ਮੱਖਣ ਵਾਲਾ ਹੀ ਦੁੱਧ ਏ ਅੱਲਾ ਦੇ ਫਜ਼ਲ ਦੇ ਨਾਲ। ਅਜੇ ਤਾਂ ਭਾਈ ਅਬਦੁੱਲ ਬੋਲੇ ਚੇ ਗਾਂ। ਅੱਛਾ ਅੱਛਾ, ਅਜੇ ਬੋਲੇ ਦੇ ਵਿੱਚ ਏ, ਬੋਲੇ ਚੇ ਗਾਂ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਮੈਂ ਦੱਸ ਦਿੱਤਾ 4 ਤੋਂ 5 ਦਿਨ ਦੀ ਸੂਈ ਹੋਈ, ਭਾਈ ਕਹਿੰਦਾ 3 ਦਿਨ ਦੀ ਸੂਈ ਹੋਈ ਏ। ਅੱਛਾ ਵੈਸੇ ਇਹ ਡਬਲ ਦਿੱਤਾ ਗਾਂ। ਮਾਸ਼ਾਅੱਲਾ, ਚਲੋ ਜੀ ਗੜਵੀਆਂ ਮਾਰੋ ਜੀ, ਪੜੋ ਬਿਸਮਿਲ੍ਲਾ ਜੀ, ਬਿਸਮਿਲ੍ਲਾਹਿਰਰਹਮਾਨਿਰਰਹੀਮ। ਐ ਜਨਾਬ ਬਰਕਤ ਹੋ ਗਈ ਇੱਕ। ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ ਜੀ। ਮਾਸ਼ਾਅੱਲਾ ਜੀ, ਖੈਰ ਹੋ ਗਈ ਮਾਸ਼ਾਅੱਲਾ, ਅੱਲਾ ਤਾਲਾ ਨਜ਼ਰੇ ਬੱਦ ਤੋਂ ਬਚਾਏ। 9 ਗੜਵੀਆਂ ਬੋਲਾ, 9 ਗੜਵੀਆਂ ਦੁੱਧ, ਟਾਈਮ ਤੋਂ ਟਾਈਮ ਜੀ, ਕਿਉਂ ਨਹੀਂ ਭਾਈ ਜਾਨ, ਟਾਈਮ ਤੋਂ ਟਾਈਮ। ਬਲਕਿ ਤੁਸੀਂ ਕਹਿ ਰਹੇ ਸੀ ਅਫਜ਼ਲ ਭਾਈ ਅੱਧਾ ਘੰਟਾ ਪਹਿਲੇ ਜਵਾਈ ਕਰ ਦਿੰਦਾ, ਇਸੇ ਤਰ੍ਹਾਂ ਹੀ ਹੈ। ਮਾਸ਼ਾਅੱਲਾ ਜੀ, ਅੱਲਾ ਤਾਲਾ ਨਜ਼ਰੇ ਬੱਦ ਤੋਂ ਬਚਾਏ। ਮਾਸ਼ਾਅੱਲਾ ਅੱਜ ਗਾਏ ਢੇਰ ਚੰਗੀ ਔਰ ਗਰੰਟੀਆਂ ਵਾਰੰਟੀਆਂ ਵਾਲੀ। ਹੁਣ ਜਨਾਬ ਮਾਲਕ ਨਾਲ ਗੱਲਾਂ ਕਰਾਂਗੇ, ਦੋਸਤਾਂ ਮੇਰਾ ਨੂੰ ਡਿਮਾਂਡ ਸੁਣਾਉਂਦੇ ਆ, ਇੱਧਰ ਆਓ ਜੀ ਭਾਈ ਜਾਨ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਕੀ ਹਾਲ ਹੈ ਭਾਈ ਜਾਨ? ਜੀ ਠੀਕ ਠਾਕ। ਠੀਕ ਠਾਕ ਹੋ, ਖਰੀਅਤ ਹੈ ਜੀ, ਸ਼ੁਕਰ ਅੱਲਾ। ਕੀ ਨਾਮ ਹੈ ਦੱਸੋ ਭਾਈ ਜਾਨ? ਇਮਤਿਆਜ਼ ਅਲੀ ਜੀ। ਇਮਤਿਆਜ਼ ਅਲੀ, ਇਮਤਿਆਜ਼ ਅਲੀ, ਮਾਸ਼ਾਅੱਲਾ ਗਾਇਦ ਹਾਈਏ ਦੋਸਤਾਂ ਮੇਰਾ ਜੀ। ਆਪਾਂ ਦੁੱਧ ਕੱਢਿਆ 9 ਗੜਵੀਆਂ ਜੀ, ਇਹ ਟਾਈਮ ਤੋਂ ਟਾਈਮ ਹੈ ਜੀ, ਟਾਈਮ ਤੋਂ ਟਾਈਮ ਹੈ ਪੱਕਾ। 9 ਤੇ 9 18 ਬਣਦਾ, 18 ਬਣਦਾ, ਘਟਾ ਲਓ 16 ਕਿਲੋ ਦੀ ਗਰੰਟੀ ਦੇ ਦਿਓ, 16 ਦੀ ਦੇ ਦਿਓ। ਹਾਂਜੀ, ਹਜੇ ਗਾਂ ਬੋਲੇ ਤੇ ਗਾਂ ਇਨਸ਼ਾਅੱਲਾ ਜੇ ਕੋਈ ਲੈਣ ਵਾਲਾ ਹੋਇਆ ਨਾ ਦੁੱਧ, 18-19 ਲੀਟਰ ਦੇਗੀ। 18-19 ਲੀਟਰ ਦੇ? ਹਾਂਜੀ, ਸੌਖਾ, ਆਰਾਮ ਨਾਲ, ਆਰਾਮ ਨਾਲ ਗਾਂ ਨੂੰ ਦੇਣਾ ਵੀ ਚਾਹੀਦਾ। ਜੇ ਬੰਦਾ ਕਹੇ ਨਾ ਟਾਈਮ ਆਖਿਆ ਗਾਂ ਨੂੰ, ਤੇ ਗਾਂ ਚੱਲ ਸਕਦੀ ਨਹੀਂ ਕਿਸੇ ਸੂਰਤ, ਟਾਈਮ ਚੱਲ ਸਕਦੀ ਨਹੀਂ। ਅਗਰ ਕਿਸੇ ਦੇ ਆਪਣਾ ਮਾਣ ਹੈ ਜਿਵੇਂ ਮਰਜ਼ੀ ਸਮਝੇ, ਬਾਕੀ ਦੋਸਤਾਂ ਨੂੰ ਪਤਾ ਹੈ ਜਿੱਡਾ ਗਾਏ ਦੇ ਕੋਲੇ ਵੇਟ ਏ, ਕੱਦ ਦੇ ਲੰਬਾਈਆਂ ਨੇ ਔਰ ਜਿਵੇਂ ਜਿਸਮ ਏ, ਇਹ ਦੁੱਧ ਤਾਂ ਗੱਲ ਹੀ ਕੋਈ ਗੱਲ ਨਹੀਂ, ਕੋਈ ਨਹੀਂ, ਇਸੇ ਤਰ੍ਹਾਂ ਹੀ। ਹਾਂਜੀ ਮਾਸ਼ਾਅੱਲਾ, ਗਾਂ ਬੜੇ ਸਮ ਬੜੇ ਚਾਵਾਂ ਨਾਲ ਮਾਲਕਾਂ ਨੇ ਪਾਲੀ ਏ, ਤੇ ਗਾਂ ਦੁੱਧ ਦੀ ਨਹਿਰ ਏ ਮਾਸ਼ਾਅੱਲਾ। ਅੱਛਾ, ਦੁੱਧ ਕੱਢਿਆ ਆਪਾਂ 9 ਗੜਵੀਆਂ, ਲੇਕਿਨ ਆਪਣੀ ਗਰੰਟੀ ਹੋਵੇਗੀ 8 ਲੀਟਰ ਦੀ, 16 ਲੀਟਰ, ਟਾਈਮ ਤੋਂ ਟਾਈਮ 8 ਗੜਵੀਆਂ, ਜਿਹੜਾ ਦੋਸਤ ਵੀ ਮਰਜ਼ੀ ਚੋਲ ਹੋਵੇ, ਜਿਹੜਾ ਮਰਜ਼ੀ ਚੋਲ ਹੋਵੇ, ਤੇ ਦੂਸਰਾ ਜਨਾਬ 16 ਲੀਟਰ ਦੀ ਪੱਕੀ। ਹਾਂਜੀ, ਪੱਕੀ ਗਰੰਟੀ ਐ ਇਸੇ ਤਰ੍ਹਾਂ ਹੀ। ਹਾਂਜੀ, ਇਸ ਟਾਈਮ ਹਾਜ਼ਰ ਮੌਕੇ। ਹਾਂਜੀ ਮਾਸ਼ਾਅੱਲਾ, ਠੀਕ ਹੋ ਗਿਆ, ਇਹਨੂੰ ਕੋਈ ਬਿਮਾਰੀ, ਕੋਈ ਮਸਲਾ ਮਸਾਇਲ ਕਿਸੇ ਕਿਸਮ ਦਾ ਕੋਈ ਨਹੀਂ, ਦੋਸਤਾਂ ਦੇ ਸਾਹਮਣੇ ਇਨਸ਼ਾਅੱਲਾ 16 ਆਨੇ ਆ, ਬਿਲਕੁਲ ਓਕੇ, ਬਿਲਕੁਲ ਓਕੇ, ਕਿਸੇ ਤਰ੍ਹਾਂ ਦਾ ਕੋਈ ਨਹੀਂ, ਕਿਸੇ ਤਰ੍ਹਾਂ ਦਾ ਕੋਈ ਨਹੀਂ। ਇੱਕ ਵਾਲ ਜਿੰਨਾ ਵੀ ਆਖੋ ਨਾ ਐਬ, ਇੱਕ ਵਾਲ ਜਿੰਨਾ ਵੀ, ਮਾਸ਼ਾਅੱਲਾ ਕੋਈ ਨਹੀਂ। ਮਾਸ਼ਾਅੱਲਾ, ਠੀਕ ਹੋ ਗਿਆ। ਅੱਛਾ ਇਮਤਿਆਜ਼ ਬਾਈ, ਹੁਣ ਨਾ ਗੱਲ ਮੁੱਕਣੀ ਹੈ ਰੇਟ ਤੇ, ਤੇ ਮੁਹੱਬਤ ਵਾਲਾ ਮੁੱਲ ਮੰਗ ਲੈ ਜਿਹੜਾ ਫਾਈਨਲ ਜਾਂ ਔਰ ਪੱਕਾ। ਇਹਨਾਂ ਮੁੱਲ ਕੋਈ ਨਹੀਂ ਹੈਗਾ, ਦੱਸ ਹੁਕਮ ਕਰ। 1,80,000 ਰੁਪਇਆ ਫਾਈਨਲ ਜਾਂਦਾ, 1,00,000, 100 ਦੀਆਂ ਵੀ ਇੱਕ ਤੇ ਇੱਕ ਦੀ ਜਿਵੇਂ 100, 1,80,000 ਰੁਪਇਆ ਫਾਈਨਲ ਜਾ ਰਿਹਾ, 1,80,000 ਰੁਪਇਆ ਫਾਈਨਲ ਜਾ ਰਿਹਾ, ਫਾਈਨਲ ਜਾ, ਬਿਲਕੁਲ ਮਕੂਲ ਜਾ। ਇਹਦੇ ਵਿੱਚੋਂ ਪਿਆਰ ਮੁਹੱਬਤ, ਤੇਰਾ ਦਿਲ ਕਰੇ ਤੂੰ ਭਾਵੇਂ
ਜਿੰਨਾ ਮਰਜ਼ੀ ਖਾ ਲਈ। ਅੱਛਾ, ਬਾਕੀ ਮੇਰੇ ਵੱਲੋਂ ਤਾਂ ਓਕੇ ਆ, ਬਿਲਕੁਲ ਵੀ 80,000 ਦੀ ਫਾਈਨਲ। ਠੀਕ ਹੋ ਗਿਆ, ਬੜੀ ਮਿਹਰਬਾਨੀ। ਲਓ ਜੀ ਦੋਸਤੋ, 1,80,000 ਰੁਪਇਆ ਗਾਏ ਦਾ ਮੁੱਲ ਏ, ਗਾਏ ਦਾ ਮੁੱਲ ਬੜਾ ਜਾਇਜ਼ ਮੁਨਾਸਬ ਏ। ਮੈਂ ਉੱਪਰ ਖੜਾ ਅੱਲਾ ਦੇ ਫਜ਼ਲ ਦੇ ਨਾਲ, ਗਾਏ ਦੇ ਕੋਲੇ ਵੇਟ, ਗਾਏ ਦੇ ਕੋਲੇ ਜਿਸਮ, ਗਾਏ ਦੇ ਕੋਲੇ ਕੱਦ, ਗਾਏ ਦੇ ਕੋਲੇ ਲੰਬਾਈਆਂ, ਗਾਏ ਦਾ ਲਬਾਸ ਵਾਨਾ, ਦੁੱਧ ਵਾਲਾ ਬਰਤਨ, ਸਾਰੀਆਂ ਗੱਲਾਂ ਸਾਹਮਣੇ ਰੱਖ ਕੇ ਤੇ ਰੇਟ ਵੇਖ ਲਓ, 1,80,000 ਰੁਪਇਆ ਕੋਈ ਰੇਟ ਨਹੀਂ ਹੈ। ਅਗਰ ਸੋਨਾ ਲੈਣਾ ਤੇ ਮੇਰਾ ਐਨੀਮਲ ਟੀਵੀ ਤੋਂ ਲੈਣਾ, ਪਿੱਤਲ ਲੈਣਾ ਤੇ ਜੱਗ ਸਾਰਾ ਪਿਆ ਜਿੱਥੋਂ ਮਰਜ਼ੀ ਲੈ ਲੈਣਾ, ਇਹ ਮੇਰਾ ਐਨੀਮਲ ਟੀਵੀ ਦੀ ਆਵਾਜ਼ ਏ। ਮਿਆਰ ਚਾਹੀਦਾ ਤੇ ਮੇਰਾ ਐਨੀਮਲ ਟੀਵੀ ਦਾ ਇੰਤਖਾਬ ਕਰਨਾ, ਕਿਉਂਕਿ ਮੇਰਾ ਐਨੀਮਲ ਟੀਵੀ ਮਿਆਰ ਤੋਂ ਪਿੱਛੇ ਨਹੀਂ ਹਟਦਾ। ਗਾਏ ਫਿਰ ਦਿਖਾ ਦਿਓ ਜੀ, ਮਾਸ਼ਾਅੱਲਾ ਜੀ, ਗਾਏ ਨੇ ਜਿੱਥੇ ਕਦਮ ਜਮਾਏ ਸੀ, ਗਾਏ ਦੇ ਕਦਮ ਉੱਥੇ ਹੀ ਨੇ, ਗਾਏ ਕਦਮਾਂ ਨੂੰ ਲੈ ਕੇ ਉੱਥੇ ਹੀ ਖੜੀ ਹੈ, ਮਾਸ਼ਾਅੱਲਾ। ਇਹ ਇਹਨੂੰ ਕਹਿੰਦੇ ਨੇ ਜਨਾਬ ਨਸਲੀ ਗਾਵਾਂ ਔਰ ਘਰ ਰੱਖਣ ਵਾਲੀਆਂ, ਮਾਸ਼ਾਅੱਲਾ। ਮਾਲਕ ਕਹਿੰਦਾ ਲੱਤ ਚੱਕੇ ਵੀ ਤੇ ਮੈਂ ਗਾਂ ਦੇ ਪੈਸੇ ਨਹੀਂ ਲੈਣੇ, ਐਡੀ ਅਸੀਰ ਸ਼ਰਾਫ, ਮਾਸ਼ਾਅੱਲਾ। ਲਓ ਜੀ ਦੋਸਤੋ, ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਹੁੰਦੀ ਇਜਾਜ਼ਤ, ਪਾਕਿਸਤਾਨ ਜ਼ਿੰਦਾਬਾਦ।